ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਗੁਰਜੀਤ। ਇਹ ਚਿੱਠੀ ਮੇਰੇ ਖਿਆਲ ਦੇ ਵਿੱਚ ਹਰ ਕਾਸ਼ਤਕਾਰ ਜਿਹੜਾ ਝੋਨੇ ਦੀ ਫਸਲ ਲਾਉਂਦਾ ਉਸ ਕੋਲ ਪਹੁੰਚ ਚੁੱਕੀ ਹੈ ਅਤੇ ਬਹੁਤਿਆਂ ਨੇ ਇਹ ਪੜ੍ਹ ਲਈ ਹੈ। ਇਸ ਤਰ੍ਹਾਂ ਹੀ ਪੰਜਾਬ ਸਰਕਾਰ ਵੱਲੋਂ ਪੂਸਾ 44 ਨੂੰ ਬੈਨ ਕਰ ਦਿੱਤਾ ਗਿਆ, ਜਿਹੜੀ ਕਿ ਕਿਸੇ ਵੇਲੇ ਪੰਜਾਬ ਦੀ ਇੱਕ ਸਿਰਮੌਰ ਕਿਸਮ ਸੀ ਅਤੇ ਅੱਜ ਵੀ ਜਿਸ ਦੇ ਝਾੜ ਦੀ ਗੱਲ ਸੱਥਾਂ ਦੇ ਵਿੱਚ ਪਿੰਡਾਂ ਦੇ ਵਿੱਚ ਹੋ ਰਹੀ ਹੈ ਕਿ ਇਸ ਦਾ ਬਦਲ ਸਾਡੇ ਕੋਲ ਹੁਣ ਕੀ ਹੈ। ਤਾਂ ਇਸ ਦੇ ਬਦਲ ਵਜੋਂ ਪਹਿਲੀ ਜਿਹੜੀ ਆ ਸਕਰੀਨ ਦੇ ਉੱਪਰ ਨਿਊਜ਼ ਹੈ, ਇਹ DD ਨਿਊਜ਼ ਜਿਹੜਾ ਸਾਡਾ ਸਰਕਾਰੀ ਚੈਨਲ ਹੈ ਉਸ ਦੇ ਹਵਾਲੇ ਨਾਲ ਹੈ। ਤਾਂ ਇੱਕ ਪੂਸਾ 20-90 ਕਿਸਮ ਵਿਕਸਿਤ ਕੀਤੀ ਗਈ ਹੈ, ਜਿਹੜੀ ਕਿ ਪੂਸਾ 44 ਦੇ ਵਿੱਚੋਂ ਹੀ ਨਿਕਲੀ ਹੈ। ਜਿਵੇਂ ਅਸੀਂ ਦੇਖਦੇ ਹਾਂ 1509 ਦੇ ਵਿੱਚੋਂ 1692 ਨਿਕਲੀ ਬਾਸਮਤੀ ਦੇ ਵਿੱਚ, ਅਤੇ 1692 ਤੋਂ ਬਾਅਦ 1847 ਨਿਕਲੀ ਹੈ, ਅਤੇ ਇਸੇ ਤਰੀਕੇ ਨਾਲ ਪੂਸਾ 44 ਦੀ ਸੋਧ ਤੋਂ ਹੀ ਪੂਸਾ 20-90 ਕਿਸਮ ਸਾਡੇ ਕੋਲ ਨਿਕਲ ਕੇ ਸਾਹਮਣੇ ਆਈ ਹੈ, ਜਿਸ ਦੇ ਗੁਣਾਂ ਬਾਰੇ ਆਪਾਂ ਚਰਚਾ ਕਰਾਂਗੇ। ਅਤੇ ਜੇ ਕਿਸੇ ਨੇ ਪੜ੍ਹਨਾ ਹੋਵੇ ਉਹ ਸਕਰੀਨ ਨੋਕ ਕੇ ਪੜ੍ਹ ਵੀ ਸਕਦਾ। ਜਿੱਥੋਂ ਆਪਾਂ ਜਾਣਕਾਰੀ ਲਈ ਹੈ ਉਹ ਵੈਬਸਾਈਟਾਂ ਦੇ ਨਾਮ ਵੀ, ਜਿਵੇਂ ਮੈਂ ਪਹਿਲਾਂ ਦੱਸਿਆ, DD ਨਿਊਜ਼ ਦੀ ਖਬਰ ਦਾ ਹਵਾਲਾ ਹੈ, ਅਤੇ ਹੁਣ ਆਹ ਪ੍ਰੈਸ ਨੈੱਟਵਰਕ ਆਫ ਇੰਡੀਆ ਉਸ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਹਾਲਾਂਕਿ ਜਾਣਕਾਰੀਆਂ ਸਾਰੀਆਂ ਇਹ ਜਿੰਨੀਆਂ ਨੈੱਟਵਰਕ ਦੇ ਉੱਪਰ ਦਿੱਤੀਆਂ ਹੋਈਆਂ ਨੇ ਜਾਂ ਇਹ ਖਬਰਾਂ ਦੇ ਵਿੱਚ ਦਿੱਤੀਆਂ ਨੇ, ਉਹ ਸਾਰੀਆਂ ਦੇ ਵਿੱਚ ਜਾਣਕਾਰੀ ਪੂਸਾ 20-90 ਬਾਰੇ ਸਾਂਝੀ ਹੋਈ ਹੈ। ਤਾਂ ਪਹਿਲੀ ਗੱਲ ਦੇ ਵਿੱਚ ਇਹ ਪੂਸਾ 20-90 IARI ਨਵੀਂ ਦਿੱਲੀ ਵੱਲੋਂ ਵਿਕਸਿਤ ਕੀਤੀ ਗਈ ਹੈ, ਜਿਸ ਦੇ ਵਿੱਚ ਪੂਸਾ 44 ਦਾ ਜਿਹੜਾ ਝਾੜ ਦੇਣ ਵਾਲਾ ਬੀਜ ਹੈ, ਕਿਉਂਕਿ ਇੱਕ ਹਾਈਬ੍ਰਿਡ ਕਿਸਮ ਹੈ, ਇਹ ਦੋ ਕਿਸਮਾਂ ਨੂੰ ਇਕੱਠੀਆਂ ਕਰਕੇ ਇੱਕ ਕਿਸਮ ਬਣਾਈ ਗਈ ਹੈ, ਅਤੇ ਜਿਹੜਾ ਝਾੜ ਦੇਣ ਵਾਲਾ ਜੀਨ ਆ ਉਹ ਪੂਸਾ 44 ਦਾ, ਯਾਨੀ ਕਿ ਇਹਦਾ ਝਾੜ ਪੂਸਾ 44 ਜਿੰਨਾ ਹੀ ਇਹ ਦੱਸਦੇ ਨੇ। ਅਤੇ ਦੂਸਰੇ ਨੰਬਰ ਦੇ ਉੱਪਰ ਘੱਟ ਸਮੇਂ ਵਾਲਾ ਜੀਨ ਹੈ ਜਿਹੜਾ ਇਹ CB501, ਇਹ ਇੱਕ ਕਿਸਮ ਹੈ ਈਸਟਰਨ ਏਸ਼ੀਆ ਦੀ, ਅਤੇ ਉਸ ਕਿਸਮ ਦਾ ਜੀਨ ਜਿਹੜਾ ਹੈ ਘੱਟ ਸਮੇਂ ਵਾਲਾ ਉਹ ਲੈ ਕੇ ਇਹਨਾਂ ਨੇ ਹਾਈਬ੍ਰਿਡ ਵਰਾਇਟੀ ਤਿਆਰ ਕੀਤੀ ਹੈ ਪੂਸਾ 20-90। ਕੁੱਲ ਦਿਨ ਇਹ 120 ਤੋਂ 125 ਲੈਂਦੀ ਹੈ, ਅਤੇ ਪਿਛਲੇ ਸਾਲਾਂ ਦੌਰਾਨ ਇਹਦੇ ਟ੍ਰਾਇਲਸ ਜਿਹੜੇ ਸੀਗੇ ਉਹ ਦਿੱਲੀ ਅਤੇ ਉੜੀਸਾ ਦੀਆਂ ਵੱਖ ਵੱਖ ਜਗ੍ਹਾਵਾਂ 'ਤੇ ਕੀਤੇ ਗਏ, ਅਤੇ ਉਸ ਤੋਂ ਬਾਅਦ ਇਸ ਕਿਸਮ ਨੂੰ ਜਿਹੜਾ ਉਹ ਰਿਲੀਜ਼ ਕੀਤਾ ਗਿਆ। ਹਾਲਾਂਕਿ ਮਾਰਕੀਟ ਦੇ ਵਿੱਚ ਆਮ ਇਹਦਾ ਬੀਜ ਉਪਲਬਧ ਨਹੀਂ ਹੈ, ਕੁਛ ਕੁ ਫਰਮਾਂ ਹੈਗੀਆਂ ਜਿਨ੍ਹਾਂ ਕੋਲ ਇਹਦਾ ਬੀਜ ਹੈਗਾ। ਡੱਬਵਾਲੀ ਦੀ ਇੱਕ ਫਰਮ ਹੈ ਨਿਰੰਕਾਰੀ ਸੀਡਸ, ਉਹਨਾਂ ਕੋਲੋਂ ਮੈਨੂੰ ਪੂਸਾ 20-90 ਦਾ ਬੀਜ ਹੈ ਜਿਹੜਾ ਉਹ ਮਿਲਿਆ। ਔਰਡਰ 'ਤੇ ਇਹ ਬੀਜ ਮੈਂ ਇਹਨਾਂ ਤੋਂ ਮੰਗਵਾਇਆ, ਅਤੇ ਅੱਗੇ ਸਕਰੀਨ ਦੇ ਉੱਪਰ ਮੈਂ ਇਹਨਾਂ ਦਾ ਕੰਟੈਕਟ ਨੰਬਰ ਸਾਰਾ ਕੁਛ ਦਿੱਤਾ ਹੋਇਆ, ਇਹ ਤੁਸੀਂ ਇਹਨਾਂ ਨਾਲ ਗੱਲ ਵੀ ਕਰ ਸਕਦੇ ਹੋ। ਬਾਕੀ ਬੀਜ ਦੀ ਭਰੋਸੇਯੋਗਤਾ ਉਹ ਇਸ ਕੰਪਨੀ 'ਤੇ ਹੀ ਨਿਰਭਰ ਹੈ। ਆਹ ਸੈਂਪਲ ਅਤੇ ਇਸ ਦੇ ਨਾਲ ਹੀ ਹੇਠਾਂ ਰੇਟ ਦਾ 90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਬੀਜ ਜਿਹੜਾ ਉਹ ਮੇਰੇ ਕੋਲ ਪਹੁੰਚਿਆ। ਤਾਂ ਇਸ ਦੇ ਫਾਇਦਿਆਂ ਦੇ ਵਿੱਚ ਇੱਕ ਤਾਂ ਸਾਡਾ ਕਣਕ ਦਾ ਸੀਜ਼ਨ ਪਛੜੇਗਾ ਨਹੀਂ, ਪਰਾਲੀ ਦੀ ਸਾਂਭ ਸੰਭਾਲ ਵੀ ਅਸੀਂ ਉਨੇ ਸਮੇਂ ਦੇ ਵਿੱਚ ਕਰ ਸਕਦੇ ਹਾਂ, ਅਤੇ ਇਸ ਦੀ ਲਵਾਈ ਵੀ PR 126 ਵਾਂਗ ਲੇਟ ਹੀ ਹੋਊਗੀ। ਅਤੇ ਜਿਵੇਂ ਆਪਾਂ 1 ਜੁਲਾਈ ਨੂੰ ਇਸ ਦੀ ਲਵਾਈ ਕਰਦੇ ਹਾਂ ਤਾਂ ਆਪਾਂ 20 ਤੋਂ 25 ਦਿਨ ਪਹਿਲਾਂ ਆਪਾਂ 5 ਜੂਨ ਤੋਂ 10 ਜੂਨ ਦੇ ਵਿੱਚ ਇਹਦੀ ਪਨੀਰੀ ਨੂੰ ਬੀਜ ਸਕਦੇ ਹਾਂ, ਅਤੇ ਇਸ ਹਿਸਾਬ ਨਾਲ 10 ਅਕਤੂਬਰ ਦੇ ਨੇੜੇ ਤੇੜੇ ਦੀ ਵਾਢੀ ਹੋ ਜੂਗੀ।
ਤਾਂ ਇਹ ਸੀ ਜਾਣਕਾਰੀ ਪੂਸਾ 2090 ਬਾਰੇ ਜਿੰਨੀ ਕੁ ਸਾਡੇ ਕੋਲ ਮੁਹੱਈਆ ਹੈ, ਅਵੇਲੇਬਲ ਹੈ ਨੈੱਟ 'ਤੇ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।